ਭੈੜਾ ਕੋਝਾ ਯਤਨ ਕੀਤਾ। ਗੁਰੂ ਕੇ ਸਿੱਖ ਨੂੰ ਇਹਨਾਂ ਸਾਰਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਪਖੰਡੀ ਸਮੇਂ ਸਮੇਂ ਮੁਤਾਬਕ ਪੈਦਾ ਹੁੰਦੇ ਆਏ ਨੇ, ਹੁਣ ਵੀ ਨੇ, ਅਗਾਂਹ ਵੀ ਪੈਦਾ ਹੁੰਦੇ ਰਹਿਣਗੇ। ਮਹਾਰਾਜ ਇਸ ਪੰਕਤੀ ਰਾਹੀਂ ਸਾਨੂੰ ਸਦਾ ਵਾਸਤੇ ਸੁਚੇਤ ਕਰਦੇ ਨੇ ਕਿ ਝੂਠੇ ਲੋਕਾਂ ਦੇ ਉਚਾਰਨ ਕੀਤੇ ਬਚਨ ਵੀ ਝੂਠੇ, ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਵੀ ਝੂਠੀਆਂ। ਖਤਮ ਹੋ ਜਾਣ ਵਾਲੇ, ਨਾਸ ਹੋ ਜਾਣ ਵਾਲੇ ਲੋਕ ਉਹਨਾਂ ਦੀ ਰਚਨਾ ਤੋਂ, ਉਹਨਾਂ ਦੀਆਂ ਬਾਣੀਆਂ ਤੋਂ ਵੀ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਹੋਣ ਵਾਲਾ ਨਹੀਂ। ਇਸ ਲਈ ਸਿੱਖਾ, ਕੇਵਲ ਤੇ ਕੇਵਲ ਗੁਰਬਾਣੀ 'ਤੇ ਅਟੁੱਟ ਨਿਸ਼ਚਾ ਰੱਖਣਾ। ਜੋ ਗੁਰਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੈ। ਸਮਾਂ ਸਮਾਪਤ ਹੋ ਚੁੱਕਾ ਹੈ। ਇੱਕ ਜ਼ਰੂਰੀ ਬੇਨਤੀ ਅਖੀਰ ਵਿੱਚ ਕਰਕੇ ਮੈਂ ਸਮਾਪਤੀ ਕਰਾਂ। ਸਾਧ ਸੰਗਤ ਜੀ, ਜਿੱਥੇ ਸਾਡੇ ਕੋਲ ਇੱਕ ਓਅੰਕਾਰ ਤੋਂ 18-10-20 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚ ਰੂਪ ਬਾਣੀ ਦਾ ਮਹਾਨ ਖਜ਼ਾਨਾ ਹੈ, ਜਿੱਥੇ ਸਾਡੇ ਕੋਲ ਦਸਮ ਪਿਤਾ ਜੀ ਦੀ ਪਾਵਨ ਉਚਾਰਨ ਕੀਤੀ ਹੋਈ ਬਾਣੀ ਦਾ ਮਹਾਨ ਖਜ਼ਾਨਾ ਹੈ, ਉੱਥੇ ਨਾਲ ਦੀ ਨਾਲ ਪੰਥ ਵਿੱਚ ਪ੍ਰਵਾਨਿਤ ਹੋਰ ਵੀ ਰਚਨਾਵਾਂ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਅਤੇ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਦੀ ਬਾਣੀ, ਬੇਸ਼ੱਕ ਇਹ ਰਚਨਾਵਾਂ ਗੁਰੂ ਕੀ ਰਸਨਾ ਤੋਂ ਉਚਾਰਨ ਨਹੀਂ ਹੋਈਆਂ, ਪਰ ਗੁਰੂ ਕੀਆਂ ਪ੍ਰਵਾਨਿਤ ਰਚਨਾਵਾਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਇਹਨਾਂ ਨੂੰ ਪ੍ਰਵਾਨਗੀ ਦਿੱਤੀ। ਇਤਿਹਾਸ ਵਿੱਚੋਂ ਪੰਚਮ ਪਾਤਸ਼ਾਹ ਜੀ ਦੇ ਬੋਲ ਸਾਨੂੰ ਪ੍ਰਾਪਤ ਹੁੰਦੇ ਨੇ, ਗੁਰਬਾਣੀ ਦੀ ਕੁੰਜੀ ਬਾਣੀ ਸੋ ਭਾਈ ਗੁਰਦਾਸ ਵਖਾਣੀ। ਗੁਰਬਾਣੀ ਦੀ ਕੁੰਜੀ ਬਾਣੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਹੈ। ਭਾਈ ਨੰਦ ਲਾਲ ਸਿੰਘ ਜੀ ਦੀ ਪਾਵਨ ਰਚਨਾ ਨੂੰ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਪ੍ਰਵਾਨਿਆ ਔਰ ਗੁਰਸਿੱਖਾਂ ਦੇ ਵਿੱਚ ਆਪ ਪ੍ਰਚਾਰਿਆ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਰਮ ਪਵਿੱਤਰ ਇਤਿਹਾਸ ਵਿੱਚ ਭਾਈ ਹਰਬੰਸ ਤਪਾ ਨਾਮ ਦੇ ਇੱਕ ਸਿੱਖ ਦਾ ਜ਼ਿਕਰ ਆਉਂਦਾ ਹੈ, ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਦਾ ਸੀ, ਦੂਸਰੇ ਸਿੱਖਾਂ ਨੇ ਰੋਕਿਆ। ਇਹ ਬਚਨ ਕਹਿੰਦਿਆਂ ਹੋਇਆ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਅਤੇ ਨਾਲ ਇਹ ਬਚਨ ਕਹੇ ਕਿ ਅਪਰ ਕਵਨ ਕੀ ਸਿੱਖ ਨਹਿ ਪੜ੍ਹੈ, ਸਤਿਗੁਰ ਕੀ ਬਾਣੀ ਨਿਤ ਰਹਿ। ਐ ਭਾਈ ਤਪਾ ਹਰਬੰਸ, ਗੁਰੂ ਕੇ ਸਿੱਖ ਹੋਰਨਾਂ ਕਵੀਆਂ ਦੀ ਰਚੀ ਹੋਈ ਬਾਣੀ ਨਹੀਂ ਪੜ੍ਹਿਆ ਕਰਦੇ, ਗੁਰੂ ਕੇ ਸਿੱਖ ਤਾਂ ਕੇਵਲ ਅਤੇ ਕੇਵਲ ਗੁਰੂ ਕੀ ਬਾਣੀ ਪੜ੍ਹਦੇ ਨੇ, ਗੁਰਬਾਣੀ ਦੇ ਸ਼ਬਦਾਂ ਦਾ ਜਾਪ ਕਰਦੇ ਨੇ। ਤੂੰ ਗੁਰਬਾਣੀ ਕਿਉਂ ਨਹੀਂ ਪੜ੍ਹਦਾ, ਇਹ ਹੋਰ ਕਵੀ ਗੁਰਦਾਸ ਦੀ ਰਚਨਾ ਕਿਉਂ ਪੜ੍ਹਦਾ? ਉਹ ਕਹਿਣ ਲੱਗੇ ਕਿ ਇਹ ਵੀ ਗੁਰੂ ਕੀ ਸ਼ਰਧਾ ਪੈਦਾ ਕਰਨ ਵਾਲੀ ਹੈ। ਦੋਹਾਂ ਵਿੱਚ ਬਹਿਸ ਹੋਈ। ਬਹਿਸ ਕਰਦਿਆਂ ਕਰਦਿਆਂ ਹੋਇਆ ਪੰਚਮ ਪਾਤਸ਼ਾਹ ਦੇ ਪਾਸ ਦੋਵੇਂ ਸਿੱਖ ਆਏ। ਸਤਿਗੁਰੂ ਅਰਜਨ ਦੇਵ ਸਾਹਿਬ ਨੇ ਉਸ ਵੇਲੇ ਸਿੱਖਿਆ ਦਿੰਦਿਆਂ ਹੋਇਆ ਫਰਮਾਨ ਕੀਤਾ ਸੀ ਕਿ ਗੁਰਸਿੱਖ ਪਿਆਰਿਓ, ਜਿਹੜੀ ਬਾਣੀ ਗੁਰੂ ਕੀ ਸਿਫਤ ਸਬਾਹ ਵਿੱਚ ਉਚਾਰਨ ਕੀਤੀ ਗਈ, ਜਿਹੜੀ ਰਚਨਾ ਗੁਰੂ ਕੀ ਸ਼ਰਧਾ ਮਨ ਵਿੱਚ ਪੈਦਾ ਕਰਦੀ ਹੈ, ਜਿਹੜੀ ਰਚਨਾ ਗੁਰਬਾਣੀ ਦੀ ਸ਼ਰਧਾ ਨੂੰ ਮਨ ਵਿੱਚ ਪਰਪੱਕ ਕਰਦੀ ਹੈ, ਗੁਰਸਿੱਖ ਉਸ ਨੂੰ ਪੜ੍ਹੇ ਅਤੇ ਵਿਚਾਰੇ। ਜਿਹੜੀ ਰਚਨਾ ਗੁਰਬਾਣੀ ਨਾਲ ਤੋੜਦੀ ਹੈ ਜਾਂ ਜਿਹੜੀ ਰਚਨਾ ਸਤਿਗੁਰਾਂ ਦੀ ਰੀਸ ਵਿੱਚ ਉਚਾਰਨ ਕੀਤੀ ਗਈ, ਸਤਿਗੁਰਾਂ ਦੀ ਬਰਾਬਰੀ ਕਰਦਿਆਂ ਹੋਇਆਂ ਉਚਾਰਨ ਕੀਤੀ ਗਈ, ਜਿਹੜੀ ਮਨ ਵਿੱਚ ਨਿਸ਼ਰਧਕ ਪੁਣੀ ਨੂੰ ਪੈਦਾ ਕਰਦੀ ਹੈ, ਉਹਦੇ ਤੋਂ ਗੁਰੂ ਕਾ ਸਿੱਖ ਸਦਾ ਵਾਸਤੇ ਦੂਰ ਰਹੇ। ਜਿਹੜਾ ਉਹ ਪੜ੍ਹੇ ਉਹ ਵਿਚਾਰੇ, ਉਹਦੇ ਮਨ ਵਿੱਚੋਂ ਸ਼ਰਧਾ ਟੁੱਟੇਗੀ, ਸ਼ਰਧਾ ਘਟੇਗੀ, ਗੁਰੂ ਕਾ ਪ੍ਰੇਮ ਟੁੱਟੇਗਾ, ਗੁਰੂ ਕੀ ਪ੍ਰੀਤ ਖਤਮ ਹੋਵੇਗੀ। ਇਸ ਲਈ ਉਹ ਕੱਚਿਆਂ ਦੀਆਂ ਰਚਨਾਵਾਂ ਗੁਰੂ ਕਾ ਸਿੱਖ ਨਾ ਪੜ੍ਹੇ, ਨਾ ਸੁਣੇ, ਨਾ ਵਿਚਾਰੇ। ਪਰ ਜਿਹੜੀ ਗੁਰੂ ਕੀ ਸਿਫਤ ਸਲਾਹ ਵਿੱਚ ਹੈ, ਜਿਹੜੀ ਗੁਰਸਿੱਖੀ ਦੇ ਆਸ਼ੇ ਨੂੰ ਪ੍ਰਪੱਕ ਕਰਨ ਦੇ ਵਿੱਚ ਕਿਸੇ ਗੁਰਮੁਖ ਪਿਆਰੇ ਕਵੀ ਨੇ ਵੀ ਭਾਵੇਂ ਰਚਨਾ ਸੁਣਾ ਦਿੱਤੀ, ਗੁਰੂ ਕਾ ਸਿੱਖ ਉਹਦੇ ਤੋਂ ਵੀ ਪ੍ਰੇਰਨਾ ਲੈ ਕੇ ਗੁਰਬਾਣੀ ਨਾਲ ਜੁੜੇ, ਗੁਰੂ ਕੀ ਸੱਚੀ ਰਚਨਾ ਦੇ ਨਾਲ ਜੁੜੇ। ਇਹ ਸਤਿਗੁਰੂ ਮਹਾਰਾਜ ਨੇ ਇਤਿਹਾਸ ਅੰਦਰ ਪਾਵਨ ਬੋਧ ਉਚਾਰਨ ਕੀਤੇ ਸਨ। ਇਉਂ ਭਾਈ ਗੁਰਦਾਸ ਜੀ ਦੀ ਪਾਵਨ ਬਾਣੀ ਗੁਰੂ ਘਰ ਦੀ ਪ੍ਰਵਾਨਿਤ ਬਾਣੀ ਹੈ। ਭਾਈ ਨੰਦ ਲਾਲ ਜੀ ਦੀ ਰਚਨਾਵਲੀ ਗੁਰੂ ਘਰ ਵਿੱਚ ਪ੍ਰਵਾਨਿਤ ਬਾਣੀ ਹੈ। ਗੁਰੂ ਕਾ ਸਿੱਖ ਇਹਨਾਂ ਨੂੰ ਵੀ ਪੜ੍ਹੇ, ਇਹਨਾਂ ਵਿੱਚੋਂ ਸਿੱਖੀ ਦੀ ਸ਼ਰਧਾ ਭਾਵਨਾ ਪ੍ਰਾਪਤ ਹੁੰਦੀ ਹੈ। ਸਮੇਂ ਸਮੇਂ ਮੁਤਾਬਕ ਗੁਰੂ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਵਿੱਚ, ਗੁਰ ਅਸਥਾਨਾਂ ਵਿੱਚ, ਗੁਰਦੀਵਾਨਾਂ ਵਿੱਚ ਕਿਤੇ ਅਸੀਂ ਇਤਿਹਾਸਕ ਵਾਰਾਂ ਵੀ ਸਰਵਣ ਕਰਦੇ ਹਾਂ, ਕਵੀਸ਼ਰ ਸਿੰਘਾਂ ਪਾਸੋਂ, ਢਾਡੀ ਸਿੰਘਾਂ ਪਾਸੋਂ, ਹੋਰ ਕਵੀਆਂ ਦੇ ਪਾਸੋਂ। ਕਿਧਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਤਾਂ 52 ਕਵੀ ਆਪਣੇ ਦਰਬਾਰ ਵਿੱਚ ਰੱਖੇ ਸਨ ਨਾ,
ਉਹਨਾਂ ਦੇ ਕੋਲੋਂ ਉਹਨੀਆਂ ਦੀਆਂ ਕਵਿਤਾਵਾਂ ਸਤਿਗੁਰੂ ਜੀ ਵੀ ਸੁਣਦੇ ਸਨ, ਹੋਰਨਾਂ ਨੂੰ ਵੀ ਸੁਣਦੇ ਸਨ, ਕਿਉਂਕਿ ਉਹਨਾਂ ਕਵਿਤਾਵਾਂ ਵਿੱਚੋਂ ਵੀ ਗੁਰੂ ਕੀ ਸ਼ਰਧਾ ਭਾਵ ਪੈਦਾ ਹੁੰਦੀ ਸੀ, ਗੁਰੂ ਮਹਾਰਾਜ ਦੀ ਸਿੱਖੀ ਦੀ ਪਰਪੱਕਤਾ ਹੋਇਆ ਕਰਦੀ ਸੀ। ਅੱਜ ਵੀ ਕਵੀ ਦਰਬਾਰ ਹੁੰਦੇ ਨੇ, ਢਾਡੀ ਦਰਬਾਰ ਸੱਜਦੇ ਨੇ, ਸਾਨੂੰ ਉਹਨਾਂ ਵਿੱਚੋਂ ਆਪਣੇ ਇਤਿਹਾਸ ਦੀ ਸੇਧ ਮਿਲਦੀ ਹੈ। ਗੁਰੂ ਪ੍ਰਤੀ ਸ਼ਰਧਾ ਭਾਵਨਾ ਉਤਪੰਨ ਹੁੰਦੀ ਹੈ, ਪੈਦਾ ਹੁੰਦੀ ਹੈ, ਉਹ ਵੀ ਸਾਡੇ ਲਈ ਸਤਿਕਾਰਯੋਗ ਨੇ, ਪਰ ਗੁਰਬਾਣੀ ਦੇ ਬਰਾਬਰ ਨਹੀਂ। ਗੁਰਬਾਣੀ ਦਾ ਦਰਜਾ ਸਭ ਨਾਲੋਂ ਸ਼੍ਰੋਮਣੀ, ਸਭ ਨਾਲੋਂ ਉੱਤਮ, ਸਭ ਨਾਲੋਂ ਨਿਰਾਲਾ, ਬਾਣੀ ਦੇ ਆਸ਼ੇ ਤੋਂ ਤੋੜਨ ਵਾਲੀ ਜਿਹੜੀ ਵੀ ਰਚਨਾ ਹੈ, ਗੁਰੂ ਕਾ ਸਿੱਖ ਉਸ ਤੋਂ ਸਦਾ ਸਦਾ ਵਾਸਤੇ ਦੂਰ ਰਹੇ, ਕਦੇ ਵੀ ਉਸ ਨੂੰ ਪ੍ਰਾਪਤ ਕਰਨ ਦਾ ਯਤਨ ਨਾ ਕਰੇ। ਦਸਮ ਪਿਤਾ ਜੀ ਦੇ ਇਹ ਵੀ ਪਾਵਨ ਬਚਨ ਆਪਾਂ ਚੇਤੇ ਰੱਖਣੇ ਨੇ, ਜੋ ਆਪ ਜੀ ਦੇ ਰਹਿਤਨਾਮਿਆਂ ਵਿੱਚ ਫਰਮਾਨ ਆਉਂਦੇ ਹਨ, ਵਾਹਿਗੁਰੂ ਗੁਰ ਮੰਤਰ ਬਿਨ ਜਪੈ ਔਰ ਕੋਈ ਜਾਤ, ਸੋ ਸਾਗਤ ਸਿੱਖ ਮੂਲ ਨਹਿ ਬਾਚਕ ਸ੍ਰੀ ਮੁਖ ਆਪ। ਗੁਰੂ ਕੀ ਬਾਣੀ, ਗੁਰੂ ਕਾ ਬਚਨ, ਗੁਰੂ ਕਾ ਬਖਸ਼ਿਸ਼ ਕੀਤਾ ਹੋਇਆ ਗੁਰਮੰਤਰ ਵਾਹਿਗੁਰੂ ਹੈ। ਅਤੇ ਵਾਹਿਗੁਰੂ ਗੁਰਮੰਤਰ ਤੋਂ ਬਿਨਾਂ ਜਿਹੜਾ ਹੋਰ ਤਰ੍ਹਾਂ ਤਰ੍ਹਾਂ ਦਾ ਕੋਈ ਜਾਪ ਜਪੇ, ਕਿਸੇ ਕੋਲੋਂ ਕੰਨਾਂ ਵਿੱਚ ਮੰਤਰ ਲੈ ਲਿਆ, ਮੈਂ ਜੀ ਫਲਾਣੇ ਬਾਬੇ ਕੋਲੋਂ ਨਾਮ ਲਿਆ, ਮੈਨੂੰ ਫਲਾਣੇ ਗੁਰੂ ਨੇ ਨਾਮ ਦਿੱਤਾ, ਮੈਂ ਫਲਾਣੇ ਸੰਤ ਕੋਲੋਂ ਮੰਤਰ ਲੈ ਕੇ ਆਇਆ, ਇਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਹੋਰ ਕੋਈ ਮੰਤਰ ਨੇ, ਤਰ੍ਹਾਂ ਤਰ੍ਹਾਂ ਦੇ ਹੋਰ ਅਨੇਕਾਂ ਜਾਪ ਹਨ, ਮਹਾਰਾਜ ਦਸਮ ਪਿਤਾ ਜੀ ਦੇ ਰਹਿਤਨਾਮੇ ਸਾਨੂੰ ਦੱਸਦੇ ਨੇ ਕਿ ਵਾਹਿਗੁਰੂ ਗੁਰਮੰਤਰ ਤੋਂ ਬਿਨਾਂ ਜਿਹੜਾ ਕੋਈ ਹੋਰ ਜਾਪ ਜਪੇ, ਸੋ ਸਾਕਤ ਸਿੱਖ ਮੂਲ ਨਹਿ, ਉਹ ਸਾਕਤ ਹੋਵੇਗਾ, ਮਨ ਹੋਵੇਗਾ, ਮੋੜੋ ਹੀ ਸਿੱਖ ਨਹੀਂ ਬਾਚਕ ਸ੍ਰੀ ਮੁਖ ਆਪ। ਆਪਣੇ ਸੁਭਾਅ ਮਨ ਮੁਖ ਤੋਂ ਸਤਿਗੁਰਾਂ ਆਪ ਵਚਨ ਕੀਤੇ, ਅਤੇ ਕਿਸੇ ਹੋਰ ਕੋਲੋਂ ਬਨਾਉਟੀ ਨਾਮ ਲੈ ਕੇ ਜੇ ਆਪਾਂ ਜਪਿਆ, ਸਤਿਗੁਰਾਂ ਕੇ ਕਹਿਣ ਮੁਤਾਬਕ ਆਪਾਂ ਸਾਕਤ ਹੋਵਾਂਗੇ, ਜਿਹੜਾ ਸਾਕਤ ਬਣ ਗਿਆ ਉਹਦੇ ਬਾਰੇ ਗੁਰਬਾਣੀ ਦਾ ਅਟਲ ਫੈਸਲਾ ਹੈ ਕਿ 84 ਨਰਕ ਸਾਕਤ ਕੋ ਗਾਈਐ, ਜੈਸਾ ਕੀਚੈ ਤੈਸੋ ਪਾਈਐ। 84 ਲੱਖ ਜੂਨਾਂ ਦਾ ਗੇੜਾ, 18 ਨਰਕ, ਇਹ ਸਾਕਤ ਨੂੰ ਭੁਗਤਣੇ ਪੈਂਦੇ ਨੇ, ਆਪਣੀ ਕੀਤੀ ਦਾ ਫਲ ਜ਼ਰੂਰ ਪਰ ਜ਼ਰੂਰ ਪਾਉਣਾ ਪੈਂਦਾ। ਆਪਾਂ ਸਾਕਤ ਨਾ ਬਣੀਏ, ਹੋਰ ਕਿਸੇ ਦੇ ਕੋਲੋਂ ਨਾਮ ਮੰਤਰ ਲੈਣ ਦੀ ਇੱਛਾ ਨਾ ਰੱਖੀਏ, ਨਾਮ ਮੰਤਰ ਪ੍ਰਾਪਤ ਕਰੀਏ ਕੇਵਲ ਗੁਰੂ ਪਾਸੋਂ, ਪੰਜ ਪਿਆਰੇ ਸਾਹਿਬਾਨ ਕੋਲੋਂ, ਗੁਰੂ ਕੀ ਪਾਵਨ ਹਜ਼ੂਰੀ ਵਿੱਚ। ਹੋਰ ਕੋਈ ਤਰੀਕਾ ਹੀ ਨਹੀਂ, ਇੱਕੋ ਹੀ ਮਹਾਰਾਜ ਨੇ ਇਹ ਜੁਗਤ ਸਾਨੂੰ ਦੱਸੀ ਹੈ, ਪੰਜ ਪਿਆਰੇ ਸਾਹਿਬਾਨ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਨਾਮ ਦੀ ਦਾਤ ਪ੍ਰਾਪਤ ਕਰਨੀ ਅਤੇ ਅੰਮ੍ਰਿਤ ਰੂਪ ਗੁਰਬਾਣੀ ਨਾਲ ਜੁੜਨਾ, ਗੁਰਬਾਣੀ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਵਾਹਦ ਆਪਣਾ ਗੁਰੂ ਕਰਕੇ ਜਾਣਨਾ, ਹੋਰ ਕਿਸੇ 'ਤੇ ਗੁਰੂ ਭਾਵਨਾ ਨਹੀਂ ਰੱਖਣੀ। ਚਾਹੇ ਕੋਈ ਬਰਾਬਰੀਆਂ ਕਰਨ ਵਾਲੇ ਲੱਖਾਂ ਵੀ ਆ ਜਾਣ, ਗੁਰੂ ਕੀ ਬਰਾਬਰੀ ਕਦੇ ਨਾ ਕੋਈ ਕਰ ਸਕਿਆ, ਨਾ ਕਰ ਸਕਦਾ ਹੈ, ਅਤੇ ਨਾ ਗੁਰੂ ਕੇ ਬਰਾਬਰ ਆਪਾਂ ਕਿਸੇ ਨੂੰ ਜਾਣਨਾ। ਗੁਰੂ ਹੀ ਉਚਾਰਿਆ ਰੀਤ, ਗੁਰੂ ਕੀ ਸੋ ਧਾਰੈ ਪ੍ਰੀਤ, ਗੁਰੂ ਕੀ ਪ੍ਰਤੀਤ ਜਾ ਕੋ ਭੂਤ ਕੋ ਭਵਿੱਖ ਹੈ, ਗੁਰੂ ਹੀ ਕੀ ਕੀਜੈ ਸੇਵ, ਗੁਰੂ ਹੀ ਕੋ ਦੀਜੈ ਭੇਵ, ਗੁਰੂ ਹੀ ਕੋ ਪੂਜੈ ਦੇਵ ਊਚੋ ਏਵ ਭਿੱਖ ਹੈ, ਗੁਰੂ ਪੰਥ ਹੀ ਕੋ ਦਾਨੀ, ਗੁਰੂ ਕੀ ਕਹਾਣੀ ਜਾਣੀ, ਗੁਰੂ ਹੀ ਕੀ ਸ਼ੁੱਧ ਬਾਣੀ ਆਛੀ ਭਾਂਤ ਲਿਖ ਹੈ, ਗੁਰੂ ਸੋਨਾ ਮਾਨੈ ਕੋਈ, ਗੁਰੂ ਜੂ ਕੇ ਧਾਮ ਢੋਈ, ਗੁਰੂ ਜੂ ਕੋ ਪਿਆਰੋ ਜੋਈ, ਸੋਈ ਗੁਰਸਿੱਖ ਹੈ। ਗੁਰੂ ਕੇ ਸਿੱਖ ਲਈ ਸਭ ਕੁਝ ਗੁਰੂ ਹੀ ਹੈ, ਗੁਰੂ ਤੋਂ ਬਾਹਰ ਕੁਝ ਵੀ ਨਹੀਂ। ਜਿਹੜਾ ਜੀਵਨ ਦੇ ਹਰ ਖੇਤਰ ਅੰਦਰ ਸਤਿਗੁਰੂ ਮਹਾਰਾਜ ਦੇ ਹੁਕਮ ਵਿੱਚ ਚੱਲੇ, ਗੁਰੂ ਨੂੰ ਆਗੂ ਬਣਾ ਕੇ ਗੁਰੂ ਕੀ ਅਗਵਾਈ ਵਿੱਚ ਚੱਲੇ, ਉਹੀ ਗੁਰੂ ਕਾ ਸਿੱਖ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪਾਂ ਹੋਰ ਕੱਚੀਆਂ ਬਾਣੀਆਂ ਤੋਂ ਪਾਸੇ ਹੋ ਕੇ ਸੱਚੀ ਬਾਣੀ ਗੁਰੂ ਕੀ ਬਾਣੀ ਦੇ ਨਾਲ ਹੀ ਜੁੜੀਏ, ਔਰ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣੀਏ। ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।